डेरा बाबा नानक दे मेन बाजार विच स्थित पवन पंसारी दी दुकान नू अग लग जाण करके लखां रुपए दा नुकसान होण दी खबर सामने आई है। दस्या जा रहा है कि रात 11 तो 12 बजे ते दरमियान अचानक दुकान नू अग लगण दी गल सामने आई, तां कि लोकां ने दुकान दे मालक नू फोन करके बुलाया। जदों तक इसते नू काबू पाया जांदा उस तो पहला ही दुकान विच सड़ के समान सवाह हो गया। लखां रुपए दे नुकसान होण दी खबर है। ए वी दस्या जा रहा है कि फायर ब्रिगेड दी गड्डी काफी लेट पहुंची, जिस कारण अग ते काबू नहीं पाया जा सकया। आम लोकां ने ही दौड़ के इधरों उधरों पानी लिया के अग नू बुझाउण दी कोशिश कीती, पर इस विच कामयाब नहीं हो सके। जिक्र योग है कि डेरा बाबा नानक तहसील होण दे बावजूद इत्थों फायर ब्रिगेड दी गड्डी नू बटाले शिफ्ट कर दिता गया सी। ਜੀ ਰਾਤ 11 ਵਜੇ ਅੱਗ ਲੱਗੀ ਆ ਦੁਕਾਨੋਂ, ਪੰਸਾਰੀ ਦੀ ਦੁਕਾਨ ਸੀਗੀ ਅਤੇ ਆਪਾਂ ਫਾਇਰ ਬ੍ਰਿਗੇਡ ਨੂੰ ਕਾਫੀ ਕੋਲ ਕੀਤੀਆਂ ਨੇ, ਇੱਥੇ ਕੋਈ ਫਾਇਰ ਬ੍ਰਿਗੇਡ ਨਹੀਂ ਪਹੁੰਚੇਗੀ। ਪੂਰੇ 1:30 ਵਜੇ ਜਿਹੜੀ ਇੱਥੇ ਫਾਇਰ ਬ੍ਰਿਗੇਡ ਸਾਡੇ ਕੋਲ ਮੌਜੂਦਾ ਪਹੁੰਚੀ ਆ। ਅੱਗ 'ਤੇ ਕਾਬੂ ਪਾਇਆ ਜਾ ਸਕਦਾ ਸੀਗਾ, ਪਰ ਪ੍ਰਸ਼ਾਸਨ ਦੀ ਨਿਗੇਲੀ ਔਰ ਫਾਇਰ ਬ੍ਰਿਗੇਡ ਵਾਲਿਆਂ ਦੀ ਨਿਗੇਲੀ ਕਾਰਨ ਇੱਥੇ ਅੱਗ 'ਤੇ ਬਿਲਕੁਲ ਕਾਬੂ ਨਹੀਂ ਪਾਇਆ ਜਾ। ਪੂਰੇ 1:30 ਵਜੇ ਸਾਡੇ ਕੋਲ ਫਾਇਰ ਬ੍ਰਿਗੇਡ ਪਹੁੰਚੀ। ਅੱਗ ਤਾਂ ਨਹੀਂ ਜੀ ਪਤਾ ਲੱਗਾ ਜੀ ਕਿਸ ਤਰ੍ਹਾਂ ਲੱਗੀ ਆ, ਬਾਕੀ ਪ੍ਰਸ਼ਾਸਨ ਬਹੁਤ ਬਿਲਕੁਲ ਫੇਲ ਆ ਡੇਰਾ ਬਣਾਉਣ ਦੇ ਵਿੱਚ। ਮੇਰਾ ਨਾਮ ਸਤਨਾਮ ਸਿੰਘ ਪਟਵਾਰੀ, ਪਿੰਡ ਠੇਠਰ ਕੇ। ਮੇਰੀ ਰਿਸ਼ਤੇਦਾਰੀ ਦਾ ਮਸਲਾ ਸੀ, ਇਹਨਾਂ ਨੇ ਰਾਤੀ ਮੈਨੂੰ 12 ਵਜੇ ਫੋਨ ਕੀਤਾ ਕਿ ਅੰਕਲ ਸਾਡੀ ਦੁਕਾਨ ਨੂੰ ਅੱਗ ਲੱਗ ਗਈ ਆ। ਉਹ ਮੈਂ ਮੁੰਡੇ ਨੂੰ ਕਿਹਾ, ਮੈਂ ਕਿਹਾ ਚੱਲ ਚਲੀਏ ਭੱਜ ਕੇ, ਅਸੀਂ ਇੱਥੇ ਆਏ ਹਾਂ, ਆਉਂਦਿਆਂ ਨੂੰ ਇੱਥੇ ਕੋਈ ਇੰਤਜ਼ਾਮ ਨਹੀਂ, ਅੱਗ ਦੇ ਭਾਂਬੜ ਮਚਣ ਡੇ ਸੀ। ਇਹਨਾਂ ਨੇ ਪੁਲਿਸ ਨੇ ਆਣ ਕੇ ਤੇ ਫੋਨ ਫਾਨ ਕੀਤਾ, ਲੋਕ ਵੀ ਆਏ ਗਰੀਬ, ਉਹਨਾਂ ਨੇ ਵੀ ਆਣ ਕੇ ਮਦਦ ਕੀਤੀ, ਪਾਣੀ ਲਿਆਂਦਾ ਲੋਕਾਂ ਨੇ। ਫਿਰ ਫਾਇਰ ਬ੍ਰਿਗੇਡ ਜਦੋਂ ਆਇਆ, ਉਹਨਾਂ ਚਿਰ ਨੂੰ ਇੱਥੇ ਸੜ ਕੇ ਸਵਾਹ ਸਾਰਾ ਸਮਾਨ ਹੋ ਗਿਆ ਸੀ। ਸਾਡੀ ਬੇਨਤੀ ਇਹੋ ਹੀ ਆ ਵੀ ਇਹਨਾਂ ਗਰੀਬਾਂ ਦੀ ਸੁਣਵਾਈ ਹੋਵੇ, ਇੱਥੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਹੋਵੇ ਅਤੇ ਕੱਲ੍ਹ ਨੂੰ ਕਿਸੇ ਦਾ ਵੀ ਨੁਕਸਾਨ ਜਿਹੜਾ ਨਾ ਹੋਵੇ।